ਚੜਦੇ ਤੇ ਲੈਂਦੇ ਦੀ ਇੱਕ ਹੀ ਕਹਾਣੀਆਂ ਇੱਕ ਆ ਜ਼ਮੀਨ ਤੇ ਇੱਕ ਹੀ ਆ ਪਾਣੀਆਂ ਅਸਲਾਮ ਵਾਲੀਕੁਮ ਵੀਰ ਭਰਾਓ, ਉਮੀਦ ਕਰਦਾ ਜਿੱਥੇ ਵੀ ਹੋਗੇ ਹੱਸਦੇ ਵਸਦੇ ਹੋਗੇ, ਚੜ੍ਹਦੇ ਲੈਂਦੇ ਪੰਜਾਬ ਰਿਐਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਪੰਜਾਬੀਆਂ ਦੀ ਸ਼ਾਨ ਕਬੱਡੀ ਦਾ ਮੈਚ ਲੈ ਕੇ ਆਏ ਹਾਂ। ਅੱਜ ਅਸੀਂ ਵੇਖਣ ਵਾਲੇ ਹਾਂ ਇੱਕ ਚੜ੍ਹਦੇ ਪੰਜਾਬ ਦੇ ਗੱਭਰੂ ਦੀਆਂ ਟੌਪ, ਗੱਭਰੂ ਦੇ ਟੌਪ ਦੇ ਜੱਫੇ, ਜਿਹੜੇ ਸਟੌਪ ਬਣੇ ਆ ਸੀ ਉਹਨੂੰ ਜਾਫੀ ਨੇ, ਬੜੇ ਕਮਾਲ ਦੇ ਬੰਦੇ, ਤੇ ਉਹਨਾਂ ਦਾ ਨਾਂ ਹੈ ਜੀ ਅਰਸ਼ ਚੋਲਾ ਸਾਹਿਬ। ਬੜੇ ਕਮਾਲ ਦੇ ਬੰਦੇ ਨੇ, ਅਸਾਂ ਪਹਿਲਾਂ ਵੀ ਇੰਜ ਦੇ ਇੱਕ ਗੱਭਰੂ ਪੰਜਾਬੀ ਦੀਆਂ ਜਿਹੜੀਆਂ ਨਾ ਕਬੱਡੀਆਂ ਵੇਖੀਆਂ, ਜਿਹਨਾਂ ਸਟੌਪ ਲਾਇਆ, ਜਿਹੜੇ ਸੰਦੀਪ, ਜਿਹਨਾਂ ਦਾ ਨਾਂ ਸੀ ਸੰਦੀਪ ਨੰਗਲ ਅੰਬੀਆ, ਉਸ ਇਸ ਦੁਨੀਆਂ ਦੇ ਵਿੱਚ ਮੌਜੂਦ ਤੇ ਨਹੀਂ, ਲੇਕਿਨ ਉਹਨਾਂ ਦੇ ਅੱਜ ਵੀ ਕਬੱਡੀਆਂ ਖੇਡੀਆਂ ਹੋਈਆਂ ਕਬੱਡੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦੀਆਂ, ਤੇ ਅੱਜ ਵੀ ਜਿਹੜਾ ਨਾ ਲੋਕ ਉਹਨਾਂ ਨੂੰ ਉਹਨਾਂ ਇਸ ਤੋਂ ਜ਼ਿਆਦਾ ਮੁਹੱਬਤ ਨਾਲ ਜਿਹੜਾ ਨਾ ਉਹਨਾਂ ਨੂੰ ਵਹਿੰਦੇ ਨੇ, ਉਹਨਾਂ ਦੀਆਂ ਕਬੱਡੀਆਂ ਵਹਿੰਦੇ ਨੇ ਤੇ ਯਾਦ ਕਰਦੇ ਨੇ, ਤੇ ਬੜਾ ਕਮਾਲ ਦੇ ਉਹ ਜਿਹੜਾ ਨਾ ਜਾਫੀ ਜਾਫੀ ਸਨ, ਤੇ ਉਹਨਾਂ ਦੀ ਕਬੱਡੀਆਂ ਵੇਖ ਕੇ ਦਿਲ ਖੁਸ਼ ਹੋ ਜਾਂਦਾ ਸੀ ਕਿ ਕੋਈ ਪੰਜਾਬ ਦਾ ਗੱਭਰੂ ਪੰਜਾਬੀ ਹੈ ਸੀ ਜਿਹੜਾ ਕਿ ਹਾਂਜੀ ਤੇ ਸਟੌਪ ਲਾਉਂਦਾ ਸੀ। ਅੱਜ ਫਿਰ ਵਹਿੰਦੇ ਆ ਜੀ ਅਰਸ਼ ਚੋਲਾ ਸਾਹਿਬ, ਇਹਨਾਂ ਦੀਆਂ ਟੌਪ ਦੀਆਂ ਕਬੱਡੀਆਂ, ਕਬੱਡੀ 365 ਚੈਨਲ ਨੇ ਮੇਰੇ ਖਿਆਲ ਦੇ ਵਿੱਚ ਇਹ ਚੈਨਲ ਦਾ ਨਾਮ ਹੈ, ਤੇ ਓਰੀਜਨਲ ਵੀਡੀਓ ਦੇ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ, ਜਾਓ ਸਪੋਰਟ ਕਰੋ ਉਹਨਾਂ ਨੂੰ, ਚੜ੍ਹਦਾ ਲਿੰਕ ਪੰਜਾਬ ਰਿਐਕਸ਼ਨ ਨੂੰ ਸਬਸਕ੍ਰਾਈਬ, ਲਾਈਕ ਪਹਿਲਾਂ ਕਰ ਲਾਜ਼ਮੀ ਦਬਾਓ ਜੇ ਵੀਡੀਓ ਕਰਦੇ ਆ ਸਟਾਰਟ, ਤੇ ਤੁਹਾਨੂੰ ਮਿਲਾਂਗੇ ਬਾਅਦ ਦੇ ਵਿੱਚ। ਪੱਲੇ 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 ਕਿਹੜਾ ਜੀ ਬੜੀ ਗੱਲ ਹੈ, ਖਾਸ ਸਮਝ ਆਏ ਨਾ, ਮੈਨੂੰ ਲੱਗਦਾ ਉਹ ਬੰਦਾ ਭਾਰੇ ਜੁੱਸੇ ਵਾਲਾ, ਉਹ ਦਾੜੀ ਹੈ ਨਾ, ਦਾੜੀ ਰੋਟੀ ਬਿਲਕੁਲ ਗੱਭਰੂ ਸਾਰੇ ਚੰਗੇ ਨੇ, ਲੇਕਿਨ ਕਿਸੇ ਕਿਸੇ ਦੀ ਆਪਣੀ ਆਪਣੀ ਥਾਟ ਹੁੰਦੀ, ਬੰਦ ਵੀ ਚੰਗਾ ਹੈ, ਇਹਨਾਂ ਸਾਰੇ ਗੁੱਸਾ ਆਇਆ ਇਸ ਬੰਦੇ ਦੇ ਬੜੀ ਗੱਲ ਹੁੰਦੀ ਐਂਡ ਤੋਂ ਕਰੀਬ ਤੋਂ ਰੋਕਣਾ, ਬਾਉਂਡਰੀ ਤੋਂ ਰੋਕ ਕੇ ਪਿੱਛੇ ਲੈ ਕੇ ਜਾਣਾ ਬੜੀ ਗੱਲ ਹੈ, ਇੰਜੀ ਗੱਲ ਮਾੜਾ ਮਾੜਾ ਕੇ ਧਰੂ ਧਰੂ ਕੇ ਪਿੱਛੇ ਖੜਨਾ, ਕਮਾਲ ਕਮਾਲ ਯਾਰ, ਇੰਜੀ ਗੱਲ ਲਾਓ ਕਬੱਡੀ ਮੇਰੇ ਵੀਰੋ, ਹਾਂ ਜੀ ਉਹਨਾਂ ਦੇ ਉਹਨਾਂ ਕਾਤੀ ਬੜਾ ਯਾਰ, ਕਿੱਡਾ ਕਾਤੀ ਕਿਸੇ ਕੋਲ ਨਹੀਂ ਸਹੀ ਗੱਲ, ਹੁਣ ਕਹਿੰਦੇ 16 ਤੋਂ 17 ਸਭ ਹੀ ਹੈ ਤੇ ਕਾਤੀ ਵੀ ਹੈ, ਗੱਲ ਸਮੇਂ ਦੀ ਹੈ, ਅਰਸ਼ਾ ਦਾ ਦੂਜਾ ਜੱਫਾ ਲਾ ਪਾਉ ਕੇ ਨਹੀਂ, ਗੱਲ ਸਮੇਂ ਦੀ ਹੈ, ਟੌਪ ਕਾਲਾ ਇੱਕ ਗੱਲ ਨੋਟ ਕੀਤੀ ਹੈ, ਉਖੜੇ ਪੈਰ ਬਿਲਕੁਲ ਕਰੀਬ ਲੈ ਜਾਂਦੇ ਨੇ ਬੰਦੇ, ਹਾਂ ਬਿਲਕੁਲ ਬਾਰਡਰ ਦੇ ਕਰੀਬ, ਉੱਥੋਂ ਵੀ ਜਾਣ ਦਿੰਦੇ, ਜਾ ਕੇ ਉੱਥੇ ਫੜ ਕੇ ਉੱਥੇ ਫੜ ਲੈਂਦੇ, ਦੂਸਰੀ ਤੋਂ ਕਰ ਜਾਂਦਾ ਨਾ ਬੰਦੇ ਨੂੰ ਉੱਥੇ ਫੜਿਆ, ਹਰਖਿਆ ਫਿਰਦਾ ਹੈ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਚਰਨਾਂ ਦੀ ਸ਼ੋ ਪ੍ਰਾਪਤ ਧਰਤੀ, ਵਧੀਆ ਯਾਰ, ਦੂਜਾ ਜਫਾ ਹੋ ਗਿਆ ਬਾਗਰੀਆਂ ਵਾਲਿਆ, ਨਹੀਂ ਜੀ ਥਾੜ ਤੇ ਹੈ, ਜਿੱਸਾ ਵੀ ਹੈ ਤੇ, ਲੇਕਿਨ ਇਹ ਵੀ ਕਿ ਭਾਈ ਬੰਦੇ ਦਾ ਕੱਦ ਵੀ ਹੈ, ਆ ਉਸ ਸਮੇਂ ਖੜੇ ਨੇ, ਲੈ ਵੀ ਜਤਿੰਦਰ ਕੀ ਆਖਣਾ ਮੈਨੂੰ ਇਸ਼ਾਰਾ ਜਿਹਾ, ਲੈ ਵੀ ਸੁੱਕਿਆ ਕਿੰਨੇ ਕਿੰਨੇ ਜਾਫੀ ਮੈਂ ਤੇ ਜੱਫਾ, ਇਹ ਬੰਦਾ ਇੱਕ ਬੜਾ ਨਜ਼ਾਰਾ, ਇੱਕ ਪਾਸੇ ਮੰਤਰੀ ਹੈ ਤੇ ਦੂਸਰੇ ਪਾਸੇ ਪੀਟੀਓ 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 ਪੀਟੀਓ, ਹਰ ਪਲੇਅਰ ਦਾ ਬਿਲਕੁਲ ਇਹਨਾਂ ਦਾ ਤਾਕਤ ਕਿਥੋਂ ਪੈਂਦੀ ਹੈ ਬਹੁਤ
ਸਾਡਾ ਪੰਜ ਜਫੇ ਦੀ ਪੰਜ ਜਫੇ ਚੋਲਾ ਸਾਹਿਬ ਦੇ ਅਰਸ਼ ਦੇ 75,000 ਦੇ थोड़ा जहा हो पर बंदा पढ़िया भी बड़ा भैड़ा जाता अगर पढ़िया जाए चलो नहीं मतलब पूरा जिसम काबू आ जाता बंदे ठीक है नहीं बिलकुल बाउंड्री जाके उथे पढ़ना बाउंड्री के करीब बंदे यार बंदा रेड़ खड़ के भी अपड़ जाता लागे हुए ना लेकिन इन्हों की इन्नी मजबूती इन्नी पकड़ सी लक तो कि बंदे बाउंड्री के करीब जाके बाहर सुट देंगे सन लैनो बंदे नंगल इन्ने संगे दो पॉइंट हो गए तीजा पॉइंट यह कि जिस तरह संदीप नंगल अंबिया जो खुद जाके आप टारगेट करता से आप बंदे फड़ता से इन्हों का भी यही कि हाथ लगन तो बगैर पहले ही बंदे अटैक करते तो बंदे जाके फड़ लेंगे सन कॉन्फिडेंस यार बाउंड्री लागे लैके बंदे जाके फड़ लेना हिलन नहीं देना हालांकि यार बड़े बड़े गभरू पंजाबी दूसरे भी जेडे संदीप नंगल अंबिया अपने लिहाज ना बड़े चंगे बड़े पंजाबी सन लेकिन अगर असीं कद दे लिहाज ना वेखीए जिसम दे लिहाज ना वेखीए बंदे दी लुक दे लिहाज चोला साहब दा अपना ही जिहड़ा सो अपना स्टाइल सी ते इन्हां दा इक सोहणी जवानी सी इन्हां दी इक लक सी पॉइंट ते दूजा इह कि बिलकुल बाउंड्री दे करीब करके दुश्मन नूं बॉर्डर दे कोल सद के मारना ओह वी इक हर बंदे दे वास्ते रोक नहीं हुंदा
ਕਿਉਂਕਿ ਕਦੀ ਕਦੀ ਬੰਦੇ ਬਾਰਡਰ ਵੀ ਪਾਰ ਕਰ ਜਾਣ ਲੇਕਿਨ ਇਹਨਾਂ ਬਾਰਡਰ ਪਾਰ ਕਰਨ ਦਿੱਤਾ ਨਹੀਂ ਤੇ ਦੂਜੀ ਗੱਲ ਇਹ ਕਿ ਆਪ ਅਟੈਕ ਕਰਦੇ ਨੇ ਬੰਦੇ ਤੇ ਇਹ ਨਹੀਂ ਕਿ ਬੰਦਾ ਆਵੇ ਹੱਥ ਲਾਵੇ ਇੰਤਜ਼ਾਰ ਨਹੀਂ ਕਰਦੇ ਬੰਦਾ ਆਉਂਦਾ ਭਾਈ ਚੱਲ ਆਇਆ ਸਿੱਧਾ ਕੋਈ ਗੱਲ ਫੜ ਫੁੜ ਲੈਂਦੇ ਆ ਕੋਈ ਤੂੰ ਮਤਲਬ ਬੜੇ ਸੋਹਣੇ ਯਾਰ ਜਾਪ ਸੋਹਣੇ ਬੜੇ ਸੋਹਣੇ ਜਾਪ ਸਨ ਓਵਰਆਲ ਅਸੀਂ ਵੇਖੀਏ ਤੇ ਬੜੇ ਕਮਾਲ ਦੇ ਨੇ ਦੱਸਿਓ ਜੇ ਇਹ ਮਤਲਬ ਹਜੇ ਵੀ ਕਬੱਡੀ ਖੇਡਦੇ ਨੇ ਜਾਂ ਛੱਡ ਚੁੱਕੇ ਨੇ ਤੇ ਕਿਹੜੇ ਪਿੰਡ ਦੇ ਨੇ ਪੰਜਾਬ ਦੇ ਉੱਤੋਂ ਚੜ੍ਹਦੇ ਪੰਜਾਬ ਦੇ ਉੱਤੋਂ ਤੇ ਬੜਾ ਮਜ਼ਾ ਆਇਆ ਯਾਰ ਵੇਖ ਕੇ ਇਹੋ ਜਿਹੇ ਗੱਭਰੂ ਵਹਿੰਦੇ ਆ ਤੇ ਇੱਕ ਜੋਸ਼ ਜਜ਼ਬਾ ਸਾਡੇ ਅੰਦਰ ਵੀ ਜ਼ਾਹਰ ਹੁੰਦਾ ਕਿ ਯਾਰ ਦਿਲ ਖੁਸ਼ ਹੋ ਜਾਂਦਾ ਨਾਲੇ ਇਹ ਵੀ ਹੁੰਦਾ ਕਿ ਯਾਰ ਅਸੀਂ ਕਿਉਂ ਨਹੀਂ ਵੇਖ ਕੇ ਬੰਦੇ ਨੂੰ ਸਮਝਣਾ ਸੋਚਣਾ ਚਾਹੀਦਾ ਕਿ ਯਾਰ ਅਸੀਂ ਆਪਣੀਆਂ ਜਵਾਨੀਆਂ ਹੋਰ ਕੰਮਾਂ ਚ ਨੂੰ ਲੰਡੇ ਆ ਸਿਗਰਟਾਂ ਨਸ਼ਿਆਂ ਨਸ਼ਿਆਂ ਚ ਤੇ ਇਹੋ ਜਿਹੇ ਕੰਮ ਕਰਕੇ ਨਾਲੇ ਤੇ ਦੇਸ਼ ਦਾ ਨਾਂ ਰੋਸ਼ਨ ਰੋਸ਼ਨ ਹੋ ਜਾਂਦਾ ਬਿਲਕੁਲ ਤੇ ਨਾਲੇ ਇਹ ਵੀ ਕਿ ਬੰਦਾ ਐਕਟਿਵ ਰਹਿੰਦਾ ਮਤਲਬ ਇਹ ਵੀ ਕਿ ਉਹਦੇ ਲਿਹਾਜ਼ ਨਾਲ ਸਿਹਤ ਲਿਹਾਜ਼ ਨਾਲ ਠੀਕ ਰਹਿੰਦਾ ਤੇ ਦੂਜੀ ਗੱਲ ਇਹ ਵੀ ਕਿ ਆਪਣਾ ਦੁਨੀਆਂ ਦੇ ਵਿੱਚ ਮਸ਼ਹੂਰ ਇਹਨਾਂ ਦੇ ਟੌਪ ਦੇ ਜਿਹੜੇ ਜੱਫੇ ਹੋਰ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖਾਂਗੇ ਤੇ ਇਹੋ ਜਿਹੇ ਹੋਰ ਵੀ ਜਿਹੜੇ ਟੌਪ ਦੇ ਕਬੱਡਰ ਨੇ ਉਹ ਤੁਸੀਂ ਚਾਹੇ ਜਾਫੀ ਨੇ ਚਾਹੇ ਰੇਡਰ ਨੇ ਜਿਹੜੇ ਰੇਡ ਪਾਉਂਦੇ ਨੇ ਜਿਹੜੇ ਨੱਸਦੇ ਨੇ ਉਹਨਾਂ ਦੇ ਵੀ ਤੁਸੀਂ ਜਿਹੜਾ ਲਿੰਕ ਦੇ ਨਾਲ ਸਾਨੂੰ ਵੀਡੀਓ ਸ਼ੇਅਰ ਕਰ ਸਕਦੇ ਹੋ ਟੌਪ ਦੇ ਜਿਹੜੇ ਨੇ ਤੇ ਅਸੀਂ ਤੁਹਾਡੇ ਨਾਲ ਮਿਲ ਕੇ ਵੇਖਾਂਗੇ ਤੇ ਅਗਰ ਪਾਕਿਸਤਾਨ ਦੇ ਵਿੱਚੋਂ ਵੀ ਤੁਸੀਂ ਕਿਸੇ ਦੇ ਮਤਲਬ ਕਿਸੇ ਟੌਪ ਦੇ ਜਿਸ ਤਰ੍ਹਾਂ ਬੜੇ ਬੜੇ ਵੱਡੇ ਜਾਫੀ ਸਨ ਜਾਫੀ ਸਨ ਰੈਡਰ ਵੀ ਸਨ ਉਹਨਾਂ ਦੇ ਵੀ ਅਸੀਂ ਲੈ ਕੇ ਆਵਾਂਗੇ ਤੁਹਾਡੇ ਨਾਲ ਜਿਹੜਾ ਤੁਹਾਡਾ ਅਸੀਂ ਇੱਕ ਤੁਹਾਡੇ ਨਾਲ ਹੋਰ ਇੱਕ ਕਬੱਡੀ ਦਾ ਮੈਚ ਸ਼ੇਅਰ ਕਰਾਂਗੇ ਉਹ ਇਹ ਕਿ ਚਪੇੜਾ ਵਾਲੀ ਕਬੱਡੀ ਆਹੋ ਜਿਹਨੂੰ ਆਦਰ ਨੇ ਜੀ ਸਾਡਾ ਇੱਕ ਮਸ਼ਹੂਰ ਪਲੇਅਰ ਇੱਧਰ ਸਾਡੇ ਇਲਾਕੇ ਪੰਜਾਬ ਦਾ ਹੀ ਆਪਣਾ ਕਿਹੜਾ ਬੰਦਾ ਹੈ ਬਿਜਲੀ ਉਹਦਾ ਨਾਂ ਹੈ ਉਹ ਅੱਛਾ ਉਹ ਯਾਰ ਉਹ ਚਪੇੜਾ ਦਾ ਤਾਂ ਨਹੀਂ ਉਹ ਵੀ ਇਹ ਵੀ ਉਹ ਬਿਜਲੀ ਇਸ ਤੋਂ ਉਹਨੂੰ ਆਉਂਦੇ ਨੇ ਪਏ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਦੇ ਵਿੱਚ ਜਿਹੜੇ ਕਬੱਡਰ ਨੇ ਬੜੇ ਉਹਨਾਂ ਦਾ ਨਾਂ ਲੈਵਲ ਇੱਕ ਤੇ ਜੰਜੂਆ ਜਿਹੜਾ ਜਾਫੀ ਸੀ ਸਾਡਾ ਉਹਨਾਂ ਦਾ ਵੀ ਨਾਂ ਕਾਫੀ ਅੱਗੇ ਵੀ ਇਸ ਤਰ੍ਹਾਂ ਕਈ ਸਾਰੇ ਨੇ ਯਾਰ ਪਿਛਲੀ ਵਾਰ ਜਿਹੜਾ ਯੰਗ ਮੁੰਡਾ ਸਾਡਾ ਬਿਨੀਆ ਬੀਨ ਆਇਆ ਉਹਨਾਂ ਵੀ ਕਮਾਲ ਦੀਆਂ ਕਬੱਡੀਆਂ ਖੇਡੀਆਂ ਪਾਈਆਂ ਸਨ ਤੇ ਇਸ ਤੋਂ ਇਲਾਵਾ ਹੋਰ ਵੀ ਬੜੇ ਜਿਹੜੇ ਜੋ ਤੁਸੀਂ ਇਧਰੋਂ ਵੀ ਕਹੋਗੇ ਤੇ ਉਧਰੋਂ ਵੀ ਅਸੀਂ ਜਿਹੜਾ ਨਾਲ ਕੰਪੇਅਰ ਵੀ ਕਰਾਂਗੇ ਤੁਹਾਡੇ ਨਾਲ ਤੇ ਚਲੋ ਫਿਰ ਦਿਓ ਇਜਾਜ਼ਤ ਸਾਨੂੰ ਅੱਜ ਦੀ ਵੀਡੀਓ 'ਚ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਲਿੰਕ ਦੇ ਨਾਲ ਜਿਹੜੇ ਵੀਡੀਓ ਸ਼ੇਅਰ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਫਾਲੋ ਕਰ ਸਕਦੇ ਹੋ ਲਾਈਕ ਕਮੈਂਟ ਬੈਲ ਆਈਕਨ ਲਾ ਦਾ ਸਾਰਾ ਕੁਛ ਤੁਸੀਂ ਕਰ ਸਕਦੇ ਹੋ ਤੁਹਾਡਾ ਹੀ ਚੈਨਲ ਹੈ ਆਪਣਾ ਚੜ੍ਹਦਾ ਲੈਂਦਾ ਪੰਜਾਬ ਰਿਐਕਸ਼ਨ ਤੇ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਅੱਲਾ ਹਾਫਿਜ਼ ਅੱਲਾ ਰੋਜ਼ੀ